ਕਰ ਰਹੇ ਸੀ ਵਕੀਲਾਂ ਦੀ ਸਟ੍ਰਾਈਕ ਤੇ ਇਸ ਵਕਤ ਮੇਰੇ ਨਾਲ ਰਵੀ ਜੋਸ਼ੀ ਜੀ ਨੇ ਰਵੀ ਜੀ ਵਕੀਲਾਂ ਦਾ ਇੱਕ ਪੈਨਲ ਜਾ ਕੇ ਐਨਆਈਏ ਨੂੰ ਮਿਲਦਾ ਹੈਗਾ ਭਰੋਸਾ ਵੀ ਕਹਿੰਦੇ ਮਿਲਿਆਗਾ ਕਿ ਮੋਬਾਈਲ ਵਾਪਸ ਕਰ ਦਿੱਤੇ ਜਾਣਗੇ ਜਦੋਂ ਅੱਜ ਮੋਬਾਈਲ ਵਾਪਸ ਨਹੀਂ ਹੋਏ ਤਾਂ ਅੱਜ ਤੋਂ ਜਿਹੜੀ ਸਟ੍ਰਾਈਕ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ तमाम ਵਕੀਲਾ ਵੱਲੋਂ ਤੁਸੀਂ ਵੀ ਉਸ ਸਟ੍ਰਾਈਕ ਦੇ ਵਿੱਚ ਸ਼ਾਮਲ ਹੋਵੋਗੇ ਕੀ ਲੱਗਦਾ ਹੈ ਹੱਲ ਕੀ ਇਸ ਮਸਲੇ ਦਾ ਤੁਹਾਨੂੰ ਨਜ਼ਰ ਆਉਂਦਾ ਹੈਗਾ ਸਰ ਜਿਹੜਾ ਹੱਲ ਹੈ ਉਹ ਦੇਖੋ ਜੀ ਕੋਈ ਗੱਲਬਾਤ ਵਾਲੀ ਹੱਲ ਜਿਹੜਾ ਮਕਸਦ ਜਿਹੜਾ ਹੱਲ ਹੋਏਗਾ ਆਦਰਵਾਇਸ ਸਾਡੇ ਹਾਈ ਕੋਰਟ ਦੇ ਪ੍ਰੈਜ਼ੀਡੈਂਟ ਮਿਸਟਰ ਸੰਤੋਖਿੰਦਰ ਸਿੰਘ ਨਾਬਾ ਮਿਸਟਰ ਵਿਸ਼ਾਲ ਅਗਰਵਾਲ ਸੈਕਟਰੀ ਐਂਡ ਸਵੀਰ ਸਿੱਧੂ ਚੇਅਰਮੈਨ ਬਾਰ ਕੌਂਸਲ ਐਨ ਆਈਏ ਨਾਲ ਮੀਟਿੰਗ ਕਰਨ ਗਏ ਸੀਗੇ ਉਹਨਾਂ ਨੇ 27 ਤਰੀਕ ਨੂੰ ਅਸ਼ੋਰੈਂਸ ਦਿੱਤੀ ਸੀ ਵੀ ਜਿਹੜੇ ਫੋਨ ਹੈ ਐਟ ਲੀਸਟ ਅਸੀਂ ਉਹ ਵਾਪਿਸ ਕਰ ਦਾਂਗੇ ਸੋ ਥੈਟ ਜਿਹੜਾ ਡੇਲੀ ਰੁਟੀਨ ਦੀਆਂ ਹੈਗੀਆਂ ਜਿਵੇਂ ਉਹਨਾਂ ਦੇ ਜਿਹੜੀ ਦਿੱਕਤਾਂ ਆ ਰਹੀਆਂ ਸ਼ੈਲੀ ਨੂੰ ਉਹਨੂੰ ਫੇਸ ਨਹੀਂ ਕਰਨੀ ਪੈਣੀ ਹੈ ਬਿਕਾਜ਼ ਉਹਨਾਂ ਦੇ ਜਿਹੜੇ SIM ਵੀ ਨਹੀਂ ਹਲੇ ਉਲਟਾ ਕੇ ਗਏ ਸੀ ਇਹ SIM ਦੇ ਵਿੱਚ ਜਿਹੜਾ ਹੈਗਾ ਜਾਂ ਤਾਂ ਲੌਸ ਲਿਖਾਉਣਾ ਪੈਗਾ ਜਾਂ ਡੈਮੇਜ ਲਿਖਾਉਣਾ ਪੈਗਾ ਜਿਹੜਾ ਕੀ ਉਹ ਲਿਖਾ ਨਹੀਂ ਸਕਦੇ ਬਿਕਾਜ਼ ਐਨ ਆਈਏ ਕੋਲ ਹੈਗਾ ਉਹ ਝੂਠੀ ਸਟੇਟਮੈਂਟ ਹੋ ਜਾਏਗੀ ਸੋ ਉਹਨਾਂ ਨੂੰ ਆ ਉਹਨੇ ਮੋਬਾਈਲ ਮੋੜਿਆ ਸੋ ਇਸ ਕਰਕੇ ਇੱਕ ਰਿਪਰੈਜੈਂਟੇਸ਼ਨ ਜਿਹੜੀ ਹੈਗੀ ਆ ਉਹ ਬਾਹਰ ਦੇ ਵਿੱਚ ਜਿਹੜੀ ਰੀਸੀਵ ਕੀਤੀ ਸੀ 118 118 ਬੰਦੇ ਨੇ ਸਿਗਨੇਚਰ ਕਰਕੇ ਤੇ ਪ੍ਰਧਾਨ ਜੀ ਤੇ ਸੈਕਟਰੀ ਤੇ ਜਿਹੜਾ ਐਗਜ਼ੀਕਟਿਵ ਦਾ ਜਿਹੜਾ ਪੂਰਾ ਫੈਸਲਾ ਸੀਗਾ ਵੀ ਜਨਰਲ ਹਾਊਸ ਕਰਾਨ ਦਾ ਉਹ ਉਹਦੇ ਚ ਜਨਰਲ ਹਾਊਸ ਕਰਾਇਆ ਗਿਆ ਤੇ ਉਹਦੇ ਚ ਇਨਡੈਫਿਨਿਟ ਸਟ੍ਰਾਈਕ ਕੀਤੀ ਗਈ ਹੈ ਜਦ ਤੱਕ ਉਹ ਮੋਬਾਈਲ ਜਾਂ ਉਹਨਾਂ ਦੇ SIM ਵਗੈਰਾ ਜਾਂ ਕੋਈ ਜਦ ਤੱਕ ਸ਼ੈਲੀ ਸ਼ਰਮਾ ਦੀ ਸੈਟੀਸਫੈਕਸ਼ਨ ਨਹੀਂ ਹੁੰਦੀ ਉਦੋਂ ਤੱਕ ਜਿਹੜੀ ਇਨਡੈਫਿਨਿਟ ਸਟ੍ਰਾਈਕ ਜਿਹੜੀ ਹੈ ਇਹ ਕੰਟੀਨਿਊ ਰਹੂਗੀ ਜਿਦੇ ਚ ਅਸੀਂ ਉਹਦੇ ਨਾਲ ਸ਼ੈਲੀ ਸ਼ਰਮਾ ਨਾਲ ਪੂਰੇ ਜ਼ੋਰ ਨਾਲ ਅਸੀਂ ਨਾਲ ਆਮ ਤੌਰ ਤੇ ਜੇ ਕੇਸਾਂ ਦਾ ਦੇਖਿਆ ਜਾਵੇ ਜਦੋਂ ਕਿਸੇ ਵੀ ਇਸ ਕੇਸ ਦੇ ਵਿੱਚ ਮੋਬਾਈਲ ਜ਼ਬਤ ਕੀਤੇ ਜਾਂਦੇ ਆ SIM ਜ਼ਬਤ ਕੀਤੀ ਜਾਂਦੇ ਆ ਕਦੋਂ ਤੱਕ ਉਹ SIM ਵਾਪਸ ਕਰ ਦਿੱਤੇ ਜਾਂਦੇ ਆ ਮੋਬਾਈਲ ਵਾਪਸ ਕਰ ਦਿੱਤੇ ਜਾਂਦੇ ਦੇਖੋ ਜੀ ਪਹਿਲੀ ਤਾਂ ਗੱਲ ਹੈ ਵੀ ਅਕਿਊਜ਼ਡ ਜੇ ਹੋਵੇ ਫੇਰ ਤਾਂ ਇਹਦੇ ਸੀਜ਼ਨ ਮੇ ਮੋ ਬਣਾ ਕੇ ਉਹਦੇ ਮੋਬਾਈਲ ਲੈ ਗਏ ਕੁੜੀ ਦੇ ਤੇ ਦੂਜੀ ਗੱਲ ਹੈ ਵੀ ਜੇ ਇਹ ਜੀ ਕੋਈ ਗੱਲ ਹੁੰਦੀ ਹਲੇ ਤੱਕ ਐਨਆਈਏ ਕੋਈ ਛੋਟੀ ਮੋਟੀ ਤੱਕ ਗੱਲ ਹੈ ਨਹੀਂ ਐਨਆਈਏ ਨੇ ਛਾਪਾ ਜੇ ਮਾਰਿਆ ਹੈ ਕੁਝ ਹੋਰ ਗੱਲ ਹੈ ਬਟ ਲੇਕਿਨ ਅਗਰ ਕਿਧਰੇ ਨਾ ਕਿਧਰੇ ਉਹਨਾਂ ਨੂੰ ਹਲੇ ਕੁਝ ਲੱਭ ਨਹੀਂ ਰਿਹਾ ਇਸੇ ਕਰਕੇ 15 ਦਿਨ ਤੋਂ ਅਜੇ 2 ਹਫ਼ਤੇ ਤੋਂ ਉੱਤੇ ਹੋ ਗਏ ਆ ਸੋ ਮੈਨੂੰ ਨਹੀਂ ਲੱਗਦਾ ਵੀ ਹਾਂ ਵੀ ਇਹਦੇ ਵਿੱਚ ਕੁਝ ਕੱਢਣ ਪਾਂਛ ਹੈਗਾ ਸਿਰਫ ਇੱਕ ਸ਼ੱਕ ਦੇ ਗੁਨਾਹ ਬਿਨਾ ਤੇ ਵੀ ਇੱਕ ਇੱਕ ਕੁੜੀ ਜਿਹੜੀ ਹੈਗੀ ਉਹ ਗੈਂਗਸਟਰਸ ਦੇ ਕੇਸ ਕਰਦੀ ਆ ਹੁਣ ਉਹਨਾਂ ਵਕੀਲਾਂ ਤੇ ਵਕੀਲਿਆਂ ਦਾ ਰਿਪਰੈਜ਼ੈਂਟ ਤਾਂ ਕਰਨੇ ਹੀ ਹੈ ਕਲੈਂਟ ਨੂੰ ਚਾਹੇ ਉਹ ਗੈਂਗਸਟਰ ਹੈ ਚਾਹੇ ਉਹ ਆਮ ਬੰਦਾ ਸੋ ਇਸ ਕਰਕੇ ਸ਼ਾਇਦ ਮੇਬੀ ਐਨਆਈਏ ਨੂੰ ਸ਼ੱਕ ਹੋਵੇ ਵੀ ਆਪਣੇ ਕਿਦਨੇ ਕਿਤੇ ਦਿਨ ਇਨਵੋਲਵਮੈਂਟ ਹੈ ਕਿ ਜਿਹੜੀ ਕਿ ਹਲੇ ਨਿਕਲ ਕੇ ਸਾਹਮਣੇ ਆ ਨਹੀਂ ਰਹੀ ਸੋ ਇੱਕ ਸ਼ੱਕ ਦੇ ਆਧਾਰ ਦੇ ਉੱਤੇ ਇੰਨੀ ਦੇਰ ਕਿਸੇ ਨੂੰ ਪਰੇਸ਼ਾਨ ਕਰਨਾ ਉਹ ਵਕੀਲ ਕਮਿਊਨਿਟੀ ਦੇ ਬੰਦੇ ਨੂੰ ਤੇ ਆਈ ਥਿੰਕ ਕਿਦਰੇ ਕਿਦਰੇ ਐਨਆਈਏ ਦੇ ਉੱਤੇ ਵੀ ਸਵਾਲ ਚੱਕਦੇ ਆ ਵੀਜੀ ਸਾਹਿਬ ਤੋਂ ਦੇਖ ਲਿਆ ਜਾਵੇ ਕਾਨੂੰਨ ਦੇ ਤੁਸੀਂ ਵੀ ਮਾਹਿਰ ਹੋ ਕਾਨੂੰਨਾਵਾਰੇ ਜਾਣਕਾਰੀ ਹਰ ਵਕੀਲ ਨੂੰ ਚੰਗੀ ਤਰ੍ਹਾਂ ਆਉਂਦੀ ਹੈ ਪਰ ਜਦੋਂ ਅਜਿਹੇ ਕੇਸ ਵਕੀਲਾਂ ਦੇ ਪੈਨ ਤੇ ਇੱਕ ਕਾਨੂੰਨੀ ਤੌਰ ਤੇ ਵੀ ਤੁਸੀਂ ਕੋਈ ਰਾਹ ਤੱ ਲੱਭਿਆ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਸ਼ੈਲੀ ਸ਼ਰਮਾ ਨੂੰ ਇਸ ਜਿਹੜੇ ਮੰਨ ਲਓ ਕਹਿ ਲਈਏ ਕਿ ਪੂਰੇ ਵਿਵਾਦ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਜਿਹੜੇ ਉਹਨਾਂ ਤੋਂ ਜਬਤ ਕੀਤਾ ਗਿਆ ਸਮਾਨ ਉਸ ਦੀ ਰਿਕਵਰੀ ਕਿਸ ਤਰੀਕ ਕਾਨੂੰਨੀ ਤਰੀਕਾ ਕੀ ਲੱਗਦਾ ਹੈ ਸ਼ੀਤ ਦੇਖੋ ਜੀ ਹਲੇ ਗੱਲਬਾਤ ਕੀਤੀ ਹੈ ਸਾਡੇ ਜਿਹੜੇ ਸੀਨੀਅਰਸ ਨੇ ਸਾਡੇ ਆਫਿਸ ਵੀ ਆਪਣੇ ਜਿਹੜੇ ਐਗਜ਼ੀਕਟਿਵ ਦੇ ਮੈਂਬਰਸ ਨੇ ਪ੍ਰਧਾਨ ਸੈਕਟਰੀ ਵਾਈਸ ਪ੍ਰਧਾਨ ਚੇਅਰਮੈਨ ਬਾਰਕ ਅਨਸਲ ਐਂਡ ਹੋਰ ਸੀਨੀਅਰ ਐਡਵੋਕੇਟਸ ਜਿਹੜੇ ਨੇ ਉਹ ਪੂਰਾ ਜਿਹੜਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਿਹੜੀ ਹੋਰ ਪ੍ਰਕਿਰਿਆ ਕਾਨੂੰਨ ਆਪਣੇ ਐਸ ਪਰ ਲਾ ਉਹ ਵੀ ਹਲੇ ਡਿਸਕਸ ਕਰ ਰਹੇ ਨੇ ਪਰ ਲੇਕਿਨ ਗੱਲ ਇਹ ਹੈ ਵੀ ਜਦ ਤੱਕ ਉਹਨਾਂ ਦਾ ਰਿਪਲਾਈ ਨਹੀਂ ਆਉਂਦਾ ਤਦ ਤੱਕ ਜਿਹੜਾ ਨੈਕਸਟ ਸਟੈਪ ਜਿਹੜਾ ਹੈਗਾ ਨਹੀਂ ਫਰਦਰ ਚੱਕ ਸਕਦੇ ਜਿਹੜਾ ਵੀ ਹਲੇ ਸਿਚੁਏਸ਼ਨ ਦੇ ਅਕੋਰਡਿੰਗਲੀ ਜਿਹੜਾ ਚੱਕਿਆ ਗਿਆ ਸਟੈਪ ਹਲੇ ਉਹ ਹਲੇ ਉਹਦੇ ਨਾਲ ਹੈ ਬਾਕੀ ਅੱਗੇ ਫਰਦਰ ਕੋਰਸ ਆਫ ਐਕਸ਼ਨ ਜੋ ਵੀ ਹੋਏਗਾ ਉਹ ਸੀਨੀਅਰ ਅਟੋਰਨੀ ਦੀ ਅੰਡਰ ਗਾਈਡੈਂਸ ਹੋਏਗਾ ਪਰ ਫਿਲਹਾਲ ਜੇਕਰ ਕੋਈ ਐਨਆਈਏ ਦੇ ਵੱਲੋਂ ਅੱਜ ਰਿਪਲਾਈ ਨਹੀਂ ਆਉਂਦਾ ਤਾਂ ਤੁਹਾਡੀ ਸਟ੍ਰਾਈਕ ਹੀ ਕੱਲ ਵੀ ਰਹੇਗੀ ਪਰਸ ਵੀ ਰਹੇਗੀ ਜਿੰਨੀ ਦੇਰ ਤੱਕ ਅਨਮਿੱਥੇ ਸਮੇਂ ਦੇ ਲਈ ਕਰ ਦਿੱਤਾ ਹੈ ਲਾਂ ਉਹ ਹਲੇ ਜਿਹੜੇ ਪ੍ਰਧਾਨ ਜੀ ਨਾਲ ਹਲੇ ਕੋਈ ਉਹਨਾਂ ਦਾ ਰਿਪਲਾਈ ਜਿਹੜੇ ਵੀ ਉਹਨਾਂ ਦਾ ਰਿਪਲਾਈ ਆਇਆਗਾ ਸਾਡੇ ਹਾਈ ਕੋਰਟ ਦੇ ਪ੍ਰਧਾਨ ਮਿਸਟਰ ਨਾਬਾ ਜੀ ਉਹਨਾਂ ਨੂੰ ਹਲੇ ਉਹ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਨਾਲ ਤੇ ਜਿੱਦਾਂ ਹੀ ਉਹਨਾਂ ਨੂੰ ਰਿਪਲਾਈ ਆਂਦਾ ਜੇ ਨਹੀਂ ਸੈਟੀਸਫੈਕਟਰੀ ਹੋਇਆ ਤੇ ਫਰਦਰ ਜਿਹੜਾ ਹੈਗਾ ਸਟ੍ਰਾਈਕ ਕੰਟੀਨਿਊ ਲਾਉਗੀ ਜਿੱਥੇ ਤੱਕ ਹੀ ਮੇਰਾ ਮੰਨਣਾ ਅਜਿਹੇ ਕੇਸਾਂ ਦੇ ਵਿੱਚ ਕਿਉਂ ਲੱਗਦਾ ਕਿ ਸ਼ੈਲੀ ਸ਼ਰਮਾ ਨੂੰ ਪਸਾਇਆ ਜਾ ਰਿਹਾ ਜਾਂ ਕਿਉਂ ਸ਼ੈਲੀ ਸ਼ਰਮਾ ਦੇ ਉੱਪਰ ਹੀ ਐਨਆਈ ਨੇ ਜਿਹੜੇ ਕੀਤਾ ਕਿਉਂਕਿ ਹੋਰ ਵੀ ਬਹੁਤ ਸਾਰੇ ਵਕੀਲ ਹੋਣਗੇ ਜਿਹੜੇ ਅਲੱਗ-ਅਲੱਗ ਗੈਂਗਸਟਰ ਦੇ ਕੇਸ ਨੇ ਜਿਹੜੇ ਦੇਖ ਰਹੇ ਹੋਣਗੇ ਇਹ ਹੋਰ ਵੀ ਚੁੱਕੇ ਆ ਆਈ ਥਿੰਕ ਬਠਿੰਡੇ ਤੇ ਬਠਿੰਡੇ ਵੀ ਰੇਡ ਮਾਰੀ ਹੈ ਗੁੜगांव ਗੁੜगांव ਵੀ ਇੱਕ ਐਡਵੋਕੇਟ ਦੇ ਰੇਡ ਮਾਰੀ ਹੈ ਸ਼ਾਇਦ ਐਂਡ ਦੂਜੀ ਗੱਲ ਇੱਕ ਸ਼ੱਕ ਦੇ ਬਿਨਾਂ ਤੇ ਹਾਲੇ ਤੱਕ ਤਾਂ 15 ਦਿਨ ਦੇ ਵਿੱਚ ਉਹਨਾਂ ਨੂੰ ਕੁਝ ਲੱਭਿਆ ਨਹੀਂ ਜੇ ਲੱਭਣਾ ਹੋਵੇ ਤਾਂ ਐਨਆਈਏ ਅੱਧੇ ਘੰਟੇ ਦੇ ਵਿੱਚ ਜਿਹੜਾ ਹੈਗਾ ਫੋਨ ਦੇ ਉੱਤੇ ਸਾਰਾ ਕੁਝ ਲੱਭ ਸਕਦੀ ਹੈ ਤੇ ਦੋ ਹਫ਼ਤੇ ਉਹਨਾਂ ਨੂੰ ਹੋ ਗਏ ਤੇ ਹਾਲੇ ਤੱਕ ਕੁਝ ਲੱਭਿਆ ਨਹੀਂ ਨਾ ਉਹਨਾਂ ਨੇ ਜੇ ਲੱਭਿਆ ਤਾਂ ਉਹਨਾਂ ਨੇ ਕੁਝ ਦੱਸਿਆ ਨਹੀਂ ਹਾਲੇ ਤੱਕ ਸੋ ਹਾਲੇ ਉਹਨਾਂ ਦੇ ਰਿਪਲਾਈ ਦੀ ਵੇਟ ਆ ਵੀ ਹਾਂ ਵੀ ਕਨੈਕਟੀਵਿਟੀ ਕਿਤੇ ਨਹੀਂ ਬਣ ਰਹੀ ਹੈ ਨਹੀਂ ਬਣ ਰਹੀ ਜੇ ਨਹੀਂ ਬਣ ਰਹੀ ਤਾਂ ਨੀ ਤਾਂ ਅਦਰਵਾਈਜ਼ ਉਹਨਾਂ ਨੂੰ ਕੀ ਸੀਗਾ ਜੀ ਕਨੈਕਟੀਵਿਟੀ ਬੰਦ ਹੀ ਹੁੰਦੀ ਤਾਂ ਉਹਨਾਂ ਨੇ ਜ਼ਿਆਦਾ ਦੇਰ ਨਹੀਂ ਲਾਣੀ ਸੀਗੀ ਤਾਂ ਅੱਜ ਕੋਈ ਵੀ ਵਕੀਲ ਕਿਸੇ ਵੀ ਕੋਰਟ ਦੇ ਵਿੱਚ ਕਿਸੇ ਕੇਸ ਦੇ ਵਿੱਚ ਜਿਹੜਾ ਪੇਸ਼ ਨਹੀਂ ਹੋਏਗਾ ਇਹ ਅਪੀਲ 바ਰ ਕਾਉਂਸਲ ਵੱਲੋਂ ਕਰ ਦਿੱਤੀ ਗਈ ਹੈ ਨਹੀਂ ਇਹ ਹਾਈ ਕੋਰਟ ਦੇ ਜਨਰਲ ਹਾਊਸ ਦਾ ਫੈਸਲਾ ਹੈ ਤੇ ਉਹਦੇ ਵਿੱਚ ਸਾਰੇ ਵਕੀਲ ਜਿਹੜੇ ਨੇ ਸਾਥ ਦੇ ਰਹੇ ਨੇ ਤੇ ਸਾਰੇ ਸ਼ੈਲੀ ਸ਼ਰਮਾ ਦੇ ਨਾਲ ਨੇ ਡਿਸਟ੍ਰਿਕਟ ਕੋਰਟ ਵੀ ਸਟ੍ਰਾਈਕ ਹੈਗੀ ਆ ਐਂਡ ਸਾਰੇ ਉਹਦੇ ਨਾਲ ਨੇ ਤੇ ਇੱਕ ਵਕੀਲਾਂ ਦੀ ਇੱਕ ਇਹ ਤਾਂ ਕੱਲ ਨੂੰ ਕਿਸੇ ਤੇ ਵੀ ਗੱਲ ਆ ਸਕਦੀ ਹੈ ਗੱਲ ਕੱਲੇ ਸ਼ੈਲੀ ਸ਼ਰਮਾ ਦੀ ਨਹੀਂ ਹੈ ਗੱਲ ਇਹ ਕੱਲ ਨੂੰ ਸਾਡਾ ਵੀ ਹੈ ਕੱਲ ਨੂੰ ਕਿਸੇ ਹੋਰ ਦਾ ਵੀ ਹੈ ਜਿਹੜੇ ਸਾਡੇ ਵਕੀਰ ਭਰਾ ਨੇ ਛੋਟੇ ਵੱਡੇ ਸਾਡੇ ਸੀਨੀਅਰ ਨੇ ਜੂਨੀਅਰ ਨੇ ਤੇ ਕਿਸੇ ਤੇ ਵੀ ਗੱਲ ਆ ਸਕਦੀ ਹੈ ਸੋ ਇਸ ਕਰਕੇ ਸਾਰੇ ਸਾਡੀ ਜਿਸ ਟਾਈਮ ਇਹ ਜਿਹੜੀ ਯੂਨਿਟੀ ਦਿਖਾਉਣ ਦਾ ਜਿਹੜਾ ਹੈਗਾ ਮੌਕਾ ਇਹ ਸਾਨੂੰ ਮਿਲਿਆ ਤੇ ਇਹਦੇ ਚ ਅਸੀਂ ਪੂਰਾ ਸ਼ੈਲੀ ਸ਼ਰਮਾ ਦੇ ਨਾਲ